ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਖਾਲਸਾ ਸਤਿਸੰਗ ਜੀਓ, ਜਿੰਨੀਆਂ ਵੀ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਔਰ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਸਾਰੇ ਰਸਨਾ ਪਵਿੱਤਰ ਕਰੋ ਜੀ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦੇ ਹਾਂ, ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦਾ ਵਚਨ ਹੈ, ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ। ਐਸੇ ਗੁਰੂ ਤੋਂ ਮੈਂ ਸਦਵਾਰ ਦਿਨ ਵਿੱਚ ਵੀ ਬਲਿਹਾਰ ਜਾਵਾਂ, ਜਿਹੜੇ ਗੁਰੂ ਜੀ ਨੇ ਸਾਨੂੰ ਮਾਨਸਾ ਤੋਂ ਦੇਵਤੇ ਬਣਾਇਆ। ਆਖੋ ਸਤਨਾਮ। ਜਿਹੜੇ ਗੁਰੂ ਜੀ ਨੇ ਸਾਨੂੰ ਮਾਨਸਾ ਤੋਂ ਦੇਵਤੇ ਬਣਾਇਆ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜੇ ਹਾਂ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਜੀ ਦੇ ਜੀਵਨ ਕਾਲ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਕਦੇ ਗਰੀਬਾਂ ਤੇ ਬੜਾ ਅਤਿਆਚਾਰ ਕੀਤਾ ਜਾਂਦਾ ਸੀ, ਗਰੀਬ ਮਜ਼ਦੂਰ ਲਤਾੜੇ ਜਾਂਦੇ ਸੀ। ਉਸ ਸਮੇਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਦੋਂ ਉਹ ਟਾਈਮ ਕਹਿੰਦੇ ਐਸਾ ਟਾਈਮ ਸੀ ਜਦੋਂ ਕੋਈ ਸੱਚ ਦੀ ਆਵਾਜ਼ ਨਹੀਂ ਸੀ ਉਠਾ ਸਕਦਾ, ਕੋਈ ਕਹਿ ਨਹੀਂ ਸੀ ਸਕਦਾ ਵੀ ਇਹ ਗਲਤ ਹੋ ਰਿਹਾ ਜਾਂ ਸਹੀ ਹੋ ਰਿਹਾ। ਉਦੋਂ ਕਹਿੰਦੇ ਇਹੋ ਜਿਹਾ ਸਮਾਂ ਸੀ ਤੇ ਉਸ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚ ਦੀ ਆਵਾਜ਼ ਉਠਾਈ। ਜਿਹੜੇ ਗਰੀਬ ਮਜ਼ਦੂਰ ਕਹਿੰਦੇ ਲਤਾੜੇ ਜਾਂਦੇ ਸੀ ਨਾ, ਜਿਹੜੇ ਗਰੀਬਾਂ ਨੂੰ ਕੋਈ ਪੁੱਛਦਾ ਕੋਈ ਨਹੀਂ ਸੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿੰਦੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਾਇਆ, ਆਪਣੀ ਛਾਤੀ ਨਾਲ ਲਾਇਆ, ਜਿਨ੍ਹਾਂ ਨੂੰ ਕੋਈ ਪੁੱਛਦਾ ਕੋਈ ਨਹੀਂ ਸੀ। ਜੇ ਸਤਿਗੁਰੂ ਜੀ ਮਹਾਰਾਜ ਜੀ ਨੇ ਜ਼ੁਲਮ ਰੋਕਣ ਵਾਸਤੇ ਟਾਕਰਾ ਲਾਇਆ ਹੈ, ਤਾਂ ਹੀ ਆਪਾਂ ਸਤਿਗੁਰੂ ਜੀ ਦਾ ਅਵਤਾਰ ਪੁਰਬ ਮਨਾ ਰਹੇ ਹਾਂ, ਕਿਉਂਕਿ ਉਹਨਾਂ ਨੇ ਸਮਾਜ ਵਾਸਤੇ ਕੁਛ ਕੀਤਾ, ਦੁਨੀਆਂ ਵਾਸਤੇ ਕੁਛ ਕੀਤਾ ਹੈ, ਸਾਨੂੰ ਬਚਾਉਣ ਵਾਸਤੇ ਆਪਣਾ ਸਾਰਾ ਪਰਿਵਾਰ ਦਾਤੇ ਲਾਇਆ, ਆਪਣੇ ਪੁੱਤਰ ਸ਼ਹੀਦ ਕਰਵਾਏ। ਗੁਰੂ ਜੀ ਨੇ ਆਪਣੇ ਪਿਤਾ ਨੂੰ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਵਾਸਤੇ ਤੋਰਿਆ, ਸ਼ਹੀਦੀ ਦੇਣ ਵਾਸਤੇ ਤੋਰਿਆ, ਸੀਸ ਦੇਣ ਵਾਸਤੇ ਤੋਰਿਆ, ਤਾਂ ਹੀ ਆਪਾਂ ਸਾਰੇ ਗੁਰੂਆਂ ਜੀ ਦੇ ਸਾਲਾਨਾ ਸਮਾਗਮ ਵਿੱਚ ਆਪਾਂ ਜੁੜੇ ਹਾਂ ਨਾ, ਕਿਉਂਕਿ ਦੇਣ ਸੀ ਸਮਾਜ ਨੂੰ, ਕੋਈ ਦੇਣ ਹੈ ਉਹਨਾਂ ਦੀ ਨਹੀਂ। ਸਤਿਗੁਰਾਂ ਦੇ ਸਮਾਂ ਤੇ ਆਪੇ ਬਣੇ ਗੁਰੂ ਬਰੇ ਹੋਏ, ਬੜੇ ਸਾਧੂ ਮਹਾਤਮਾ ਹੋਏ, ਜਿਨ੍ਹਾਂ ਨੂੰ ਅੱਜ ਜਾਣਦਾ ਹੀ ਕੋਈ ਨਹੀਂ।
ਜਿਨ੍ਹਾਂ ਨੂੰ ਯਾਦ ਹੀ ਕੋਈ ਨਹੀਂ ਕਰਦਾ ਵੀ ਹੋਏ ਸੀ ਕਿ ਨਹੀਂ ਹੋਏ ਸੀ, ਪਰ ਜਿੰਨੇ ਦੁਨੀਆਂ ਦੇ ਉੱਤੇ ਗੁਰਦੁਆਰੇ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ, ਸਾਰੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਅਵਤਾਰ ਪੁਰਬ ਮਨਾਉਂਦੇ ਨੇ। ਕਿਉਂ ਮਨਾਉਂਦੇ ਨੇ? ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਆਪਣਾ ਜੀਵਨ ਲੇਖੇ ਲਾਇਆ। ਆਖੋ ਸਤਨਾਮ, ਆਪਾਂ ਕੁਰਬਾਨ ਕੀਤਾ ਉਹਨਾਂ ਨੇ ਸਾਡੇ ਵਾਸਤੇ। ਬੜੇ ਸਤਿਗੁਰੂ ਜੀ ਨੇ ਕਸ਼ਟ ਝੱਲੇ, ਇਨ ਪੁੱਤਰਾਂ ਨੇ ਸੀਸ ਪਰ ਬਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਗਿਆ ਹੁਆ ਅੱਜ ਜੀਵਤ ਕਈ ਹਜ਼ਾਰ। ਸਤਿਗੁਰੂ ਜੀ ਨੇ ਸਾਨੂੰ ਹਜ਼ਾਰਾਂ ਨੂੰ ਬਚਾਉਣ ਵਾਸਤੇ ਆਪਣਾ ਪਰਿਵਾਰ ਸ਼ਹੀਦ ਕਰਵਾਇਆ, ਆਪਾਂ ਕੁਰਬਾਨ ਕੀਤਾ। ਉਹ ਕਿਹੜੇ ਦੁੱਖ ਨੇ ਜਿਹੜੇ ਸਤਿਗੁਰੂ ਜੀ ਤੇ ਨਹੀਂ ਆਏ? ਬੜੇ ਦੁੱਖ ਸਤਿਗੁਰੂ ਜੀ ਨੇ ਝੱਲੇ। ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਹੈ ਨਾ, ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੀ ਗੜੀ ਛੱਡਦੇ ਨੇ, ਭਾਈ ਦਇਆ ਸਿੰਘ ਜੀ ਆਖਣ ਲੱਗੇ, ਗੁਰੂ ਜੀ, ਸਤਿਗੁਰੂ ਜੀ ਕਹਿੰਦੇ ਅਸੀਂ ਸਵੇਰੇ ਜੰਗ ਨੂੰ ਜਾਣਾ। ਤੇ ਭਾਈ ਦਇਆ ਸਿੰਘ ਜੀ ਆਖਣ ਲੱਗੇ, ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਗੜੀ ਛੱਡ ਦੇਵੋ, ਸਾਡੀ ਤੁਹਾਨੂੰ ਬੇਨਤੀ ਹੈ, ਤੁਸੀਂ ਗੜੀ ਛੱਡ ਦੇਵੋ। ਸਤਿਗੁਰੂ ਜੀ ਬੜੇ ਤੁਹਾਨੂੰ ਉਡੀਕਦੇ ਨੇ, ਤੁਸੀਂ ਸਾਡੇ ਵਰਗੇ ਬੜੇ ਲੱਖਾਂ ਹੀ ਪੈਦਾ ਕਰ ਲਓਗੇ, ਬੜਿਆਂ ਨੂੰ ਤੁਹਾਡੀਆਂ ਉਡੀਕਾਂ ਨੇ ਵੀ ਸਤਿਗੁਰੂ ਜੀ ਆਉਣਗੇ। ਸਤਿਗੁਰੂ ਜੀ ਸਾਡੀ ਬੇਨਤੀ ਪ੍ਰਵਾਨ ਕਰੋ, ਤੁਸੀਂ ਕਿਰਪਾ ਕਰਕੇ ਗੜੀ ਨੂੰ ਛੱਡ ਦੇਵੋ। ਤੇ ਸਤਿਗੁਰੂ ਜੀ ਆਖਣ ਲੱਗੇ, ਨਹੀਂ ਦਇਆ ਸਿੰਘਾ, ਅਸੀਂ ਜੰਗ ਨੂੰ ਜਾਵਾਂਗੇ। ਦਇਆ ਸਿੰਘ ਪੰਜ ਪਿਆਰੇ ਆਖਣ ਲੱਗੇ, ਸਤਿਗੁਰੂ ਜੀ ਹੁਣ ਤੇ ਸਾਡੀ ਬੇਨਤੀ ਹੈ ਵੀ ਤੁਸੀਂ ਗੜੀ ਨੂੰ ਛੱਡ ਦੇਵੋ, ਫਿਰ ਅਸੀਂ ਪੰਜ ਪਿਆਰੇ ਰਲ ਕੇ ਤੁਹਾਨੂੰ ਹੁਕਮ ਕਰਾਂਗੇ, ਆਖਾਂਗੇ ਤੁਹਾਨੂੰ ਫਿਰ ਵੀ ਗੜੀ ਛੱਡ ਦਿਓ। ਗੁਰੂ ਜੀ ਨੇ ਪੰਜਾਂ ਪਿਆਰਿਆਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਚਮਕੌਰ ਸਾਹਿਬ ਦੀ ਗੜੀ ਛੱਡੀ। ਦਇਆ ਸਿੰਘ ਨੂੰ ਸਤਿਗੁਰੂ ਆਖਣ ਲੱਗੇ, ਦਇਆ ਸਿੰਘਾ ਉਹ ਲੋਕ ਕੀ ਕਹਿਣਗੇ ਵੀ ਲੋਕਾਂ ਨੇ ਪੁੱਤ ਮਰਵਾ ਕੇ ਆਪ ਮੈਂ ਤੁਰ ਚੱਲਿਆ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਸਤਿਗੁਰੂ ਜੀ ਨਹੀਂ। ਸਤਿਗੁਰੂ ਜੀ ਆਖਣ ਲੱਗੇ, ਦਇਆ ਸਿੰਘਾ ਉਹ ਮੈਂ ਚੁੱਪ ਕਰਕੇ ਨਹੀਂ ਜਾਣਾ, ਜੇ ਮੈਂ ਜਾਣਾ ਨਾ ਤਾਂ ਦੁਸ਼ਮਣ ਨੂੰ ਲਲਕਾਰ ਕੇ ਜਾਣਾ। ਆਖੋ ਸਤਨਾਮ, ਮੈਂ ਲਲਕਾਰ ਕੇ ਜਾਵਾਂਗਾ, ਤਾੜੀ ਮਾਰ ਕੇ ਜਾਵਾਂਗਾ ਵੀ ਉਹ ਸਿੱਖਾਂ ਦਾ ਗੁਰੂ ਚੱਲਿਆ, ਜਿਹਦੋਂ ਰੋਕ ਹੁੰਦਾ ਰੋਕ ਲਓ। ਤੇ ਗੁਰੂ ਜੀ ਨੇ ਆਪਣੇ ਚਰਨਾਂ ਚੋਂ ਜੋੜਾ ਲਾਇਆ। ਜਿਹੜਾ ਕਲਗੀ ਤੋੜਾ ਦਸਤਾਰ ਸੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾਈ, ਨੰਗੇ ਚਰਨੀ ਨੰਗੀ ਸ੍ਰੀ ਸਾਹਿਬ ਲੈ ਕੇ ਸਤਿਗੁਰੂ ਜੀ ਚਮਕੌਰ ਦੀ ਗੜੀ ਛੱਡਦੇ ਨੇ।
ਸਤਿਗੁਰੂ ਜੀ ਤੁਰੇ ਆਉਂਦੇ ਨੇ, ਕਹਿੰਦੇ ਅੱਗੇ ਆਏ ਸਤਿਗੁਰੂ ਜੀ ਬਹਿਲੋਲਪੁਰ। ਰਾਤ ਦਾ ਸਮਾਂ ਜੰਗਲਾਂ ਵਿੱਚ ਦੀ ਤੁਰੇ ਜਾਂਦੇ ਨੇ, ਕਦੇ ਪੈਰ ਦੇ ਵਿੱਚ ਰੋੜਾ ਵੱਜਦਾ ਹੈ, ਕਦੇ ਸੂਲ ਵੱਜਦੀ ਹੈ, ਕਦੇ ਝਾੜੀਆਂ 'ਚ ਫਸ ਕੇ ਚੋਲਾ ਪਾਟ ਜਾਂਦਾ, ਕਦੇ ਪਜਾਮੀ ਪਾਟ ਜਾਂਦੀ ਹੈ। ਸਤਿਗੁਰੂ ਜੀ ਤੇਜ਼ੀ ਨਾਲ ਤੁਰੇ ਜਾਂਦੇ ਨੇ। ਧੰਨ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ। ਦੁਨੀਆਂ ਦੇ ਰਾਜੇ ਅੱਜ ਨੰਗੇ ਚਰਨੀ ਤੁਰੇ ਜਾਂਦੇ ਨੇ, ਤੇ ਅੱਗੇ ਸਤਿਗੁਰੂ ਜੀ ਪਹੁੰਚੇ ਨੇ ਬਹਿਲੋਲਪੁਰ। ਰਾਤ ਦਾ ਸਮਾਂ, ਕਹਿੰਦੇ ਇੱਕ ਪੰਡਿਤ ਨਾ ਪਿੰਡੋਂ ਬਾਹਰ ਇੱਕ ਛੱਪੜ ਸੀ, ਕਹਿੰਦੇ ਇਸ਼ਨਾਨ ਕਰਨ ਵਾਸਤੇ ਜਾਂਦਾ, ਤੇ ਕੋਲੇ ਕਹਿੰਦੇ ਲਾਲਟੇਨ ਚੱਕੀ ਹੈ। ਜਦੋਂ ਗੁਰੂ ਜੀ ਬਹਿਲੋਲਪੁਰ ਪਿੰਡ ਦੇ ਅੰਦਰ ਆਏ, ਤੇ ਉਹ ਪੰਡਿਤ ਕਹਿੰਦੇ ਇਸ਼ਨਾਨ ਕਰਨ ਚੱਲਿਆ, ਰਾਮ ਰਾਮ ਕਰਦਾ ਜਾਂਦਾ, ਤੇ ਗੁਰੂ ਸਾਹਿਬ ਜੀ ਨੇ ਆਖਿਆ ਉਹ ਰਾਮ ਦਿਆ ਭਗਤਾ, ਉਹ ਮੈਨੂੰ ਏਦਾਂ ਦੱਸ ਵੀ ਇਹ ਪਿੰਡ ਕਿਹੜਾ ਹੈ। ਜਦੋਂ ਕਹਿੰਦੇ ਉਹ ਬ੍ਰਾਹਮਣ ਨੇੜੇ ਆਇਆ, ਲਾਲਟਣ ਦੀ ਲੋ ਤੇਜ ਕੀਤੀ, ਤੇ ਗੁਰੂ ਜੀ ਨੂੰ ਦੇਖਦਾ ਲਾਲਟਣ ਲਾ ਕੇ, ਵੀ ਇਹ ਕੌਣ ਨੇ, ਵੀ ਗੁਰਸਿੱਖ ਦਾ ਸਿੱਖ ਦਾ ਪਹਿਲਾਂ ਵੀ ਬੜੇ ਦੇਖੇ ਨੇ, ਸਾਦੀ ਜੀ ਦਸਤਾਰ ਹੈ, ਪਾਟਿਆ ਚੋਲਾ ਪਾਇਆ ਹੋਇਆ, ਚਰਨਾਂ ਦੇ ਵਿੱਚੋਂ ਲਹੂ ਸਿਮਦਾ। ਤੇ ਉਹ ਪੰਡਿਤ ਆਖਣ ਲੱਗਾ, ਉਹ ਕਹਿੰਦਾ ਜੀ ਇਹ ਪਿੰਡ ਹੈ ਬਹਿਲੋਲਪੁਰ। ਤੇ ਗੁਰੂ ਜੀ ਆਖਦੇ ਨੇ, ਕਹਿੰਦੇ ਇੱਥੋਂ ਦਾ ਇੱਕ ਪੂਰਨ ਮਸੰਦ ਰਹਿੰਦਾ। ਤੇ ਉਹ ਬ੍ਰਾਹਮਣ ਕਹਿੰਦਾ ਹਾਂਜੀ, ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸੇਵਕ ਹੈ ਅਨੰਦਪੁਰ ਵਾਲੇ ਗੁਰੂ ਦਾ। ਤੇ ਗੁਰੂ ਜੀ ਕਹਿੰਦੇ ਹਾਂਜੀ ਉਹੀ। ਤੇ ਪੰਡਿਤ ਕਹਿੰਦਾ ਸਤਿਗੁਰੂ ਇੱਥੇ ਜੀ ਲਾਗੇ ਹੀ ਘਰ ਆ, ਕਹਿੰਦੇ ਮੈਂ ਛੱਡ ਆਉਣਾ। ਤੇ ਗੁਰੂ ਜੀ ਕਹਿੰਦੇ ਚਲੋ ਮੈਂ ਚੱਲਨੇ ਆ। ਜਦੋਂ ਉਹ ਪੰਡਿਤ ਕਹਿੰਦੇ ਘਰੇ ਛੱਡਣ ਗਿਆ ਪੂਰਨ ਮਸੰਦ ਦੇ, ਮਸੰਦ ਉਹ ਸੀ ਜਿਹੜੇ ਆਪਣੇ ਆਪਣੇ ਇਲਾਕਿਆਂ ਦਾ ਜੋ ਵੀ ਦਸਾਂ ਨੌਹਾਂ ਦੀ ਕਿਰਤ ਕਮਾਈ ਦਾ ਸੰਬੰਧ ਹੁੰਦਾ, ਉਹ ਆਪਣੇ ਇਲਾਕੇ ਦਾ ਇਕੱਠਾ ਕਰਕੇ ਗੁਰੂ ਸਾਹਿਬ ਨੂੰ ਦੇ ਕੇ ਆਉਂਦੇ ਹੁੰਦੇ ਸੀ। ਉਹ ਬਹਿਲੋਲਪੁਰ ਦਾ ਪੂਰਨ ਮਸੰਦ। ਤੇ ਬ੍ਰਾਹਮਣ ਕਹਿੰਦੇ ਸਤਿਗੁਰੂ ਜੀ ਨੂੰ ਉਹਨਾਂ ਦੇ ਬਾਰ ਅੱਗੇ ਛੱਡਿਆ, ਤੇ ਪੰਡਿਤ ਨੇ ਕਹਿੰਦੇ ਦਰਵਾਜ਼ਾ ਖੜਕਾਇਆ। ਹੁਣ ਪੁਰਾਣੇ ਸਮਿਆਂ ਵਿੱਚ ਵੱਡੇ ਦਰਵਾਜ਼ੇ ਹੁੰਦੇ ਸੀ, ਤੇ ਕਹਿੰਦੇ ਪੂਰਨ ਮਸੰਦ ਦੇ ਜਿਹੜਾ ਦਰਵਾਜ਼ਾ ਸੀ ਉਹਦੇ ਵਿੱਚ ਪਸ਼ੂ ਢਾਂਡਾ ਹੁੰਦਾ ਸੀ, ਇੱਕ ਉਹਦਾ ਨੌਕਰ ਰੱਖਿਆ ਸੀ ਜਿਉਣਾ। ਜਦੋਂ ਪੰਡਿਤ ਨੇ ਦਰਵਾਜ਼ਾ ਖੜਕਾਇਆ ਤੇ ਉਹ ਜਿਉਣੇ ਨੇ ਕਹਿੰਦੇ ਦਰਵਾਜ਼ਾ ਖੋਲਿਆ, ਤੇ ਉਹ ਪੰਡਿਤ ਆਖਣ ਲੱਗਾ ਜਿਉਣੇ ਆ ਲੈ ਭਾਈ ਤੁਹਾਡਾ ਕੋਈ ਮਹਿਮਾਨ ਆਇਆ ਹੈ, ਇਹਨਾਂ ਨੇ ਕਹਿੰਦੇ ਪੂਰਨ ਨੂੰ ਮਿਲਣਾ, ਪੂਰਨ ਮਸੰਦ ਨੂੰ ਮਿਲਣਾ। ਤੇ ਜਦੋਂ ਗੁਰੂ ਜੀ ਪੂਰਨ ਮਸੰਦ ਦੇ ਘਰੇ ਪ੍ਰਵੇਸ਼ ਹੋਏ ਤੇ ਜਿਉਣੇ ਨੇ ਕਹਿੰਦੇ ਦਰਵਾਜ਼ਾ ਬੰਦ ਕਰ ਲਿਆ, ਤੇ ਜਿਉਣਾ ਕਹਿੰਦੇ ਲਾਲਟਣ ਲਾ ਕੇ ਦੇਖਦਾ ਨਾ, ਜਦੋਂ ਸਾਦੀ ਜੀ ਦਸਤਾਰ ਪਾਟੇ ਕੱਪੜੇ ਤੇ ਚਰਨਾਂ ਵਿੱਚੋਂ ਲਹੂ ਸਿਮਦਾ, ਜਦੋਂ ਲਾਲਟਣ ਲਾ ਕੇ ਕਹਿੰਦੇ ਵੇਖਦਾ ਨਾ,
ਉਹ ਕਹਿੰਦਾ ਵੀ ਸਿੱਖ ਤਾਂ ਬੜੇ ਦੇਖੇ ਨੇ, ਡਗਦਾ ਕਰਦਾ ਚਿਹਰਾ, ਸਿੱਖ ਤੇ ਬੜੇ ਦੇਖੇ ਨੇ ਪਰ ਇਹਨਾਂ ਦਾ ਰੋਹ ਵੀ ਵੱਖਰਾ ਹੈ। ਤੇ ਭਾਈ ਜਿਉਣਾ ਕਹਿੰਦੇ ਦੇਖਦਾ ਰਿਹਾ ਤੇ ਗੁਰੂ ਜੀ ਆਖਣ ਲੱਗੇ ਕਹਿੰਦੇ ਭਾਈ ਅਸੀਂ ਪੂਰਨ ਮਸੰਦ ਨੂੰ ਮਿਲਣਾ। ਤੇ ਭਾਈ ਜਿਉਣਾ ਕਹਿੰਦਾ ਜੀ ਉਹ ਤਾਂ ਪਿਆ ਚਵਾਰੇ ਦੇ ਵਿੱਚ ਪੂਰਨ ਮਸੰਦ ਦੇ, ਕਹਿੰਦੇ ਘਰ ਦੇ ਥੱਲੇ ਦਰਵਾਜ਼ੇ ਦੇ ਵਿੱਚ ਪਸ਼ੂ ਢਾਂਡਾ ਮੱਝਾਂ ਹੁੰਦੀਆਂ ਸੀ, ਤਾਹਾਂ ਉਹਦੀ ਰਿਹਾਇਸ਼ ਸੀ ਚਵਾਰੇ 'ਚ, ਤਾਹਾਂ ਉਹਦਾ ਪਰਿਵਾਰ ਰਹਿੰਦਾ। ਗੁਰੂ ਜੀ ਆਖਣ ਲੱਗੇ ਜਿਉਣੇ ਆ ਮੈਂ ਮਿਲਣਾ ਪੂਰਨ ਨੂੰ। ਤੇ ਜਿਉਣਾ ਆਖਣ ਲੱਗਾ ਜੀ ਮੈਂ ਬੁਲਾ ਲਿਆਉਣਾ ਤੇ ਪਰ ਤੁਸੀਂ ਮੈਨੂੰ ਇੱਦਾਂ ਦੱਸੋ ਵੀ ਜਦੋਂ ਮੈਂ ਬੁਲਾ ਕੇ ਲਿਆਉ ਮੈਨੂੰ ਦੱਸਣਾ ਪੈਣਾ ਵੀ ਕੌਣ ਆਇਆ, ਵੀ ਕਿਹਨੇ ਤੁਹਾਨੂੰ ਮਿਲਣਾ। ਤੇ ਗੁਰੂ ਜੀ ਆਉਂਦੇ ਨੇ ਮੈਂ ਆਨੰਦਪੁਰ ਸਾਹਿਬ ਤੋਂ ਆਇਆ, ਨਾਮ ਹੈ ਮੇਰਾ ਗੋਬਿੰਦ ਸਿੰਘ। ਜਿਉਣੇ ਨੇ ਸੁਣਿਆ ਸੀ, ਦੇਖੇ ਨਹੀਂ ਸੀ ਸਤਿਗੁਰੂ, ਦਰਸ਼ਨ ਨਹੀਂ ਸੀ ਹੋਏ। ਤੇ ਜਦੋਂ ਜਿਉਣੇ ਨੂੰ ਪਤਾ ਲੱਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਹਿੰਦੇ ਉਸੇ ਸਮੇਂ ਭਾਈ ਜਿਉਣੇ ਨੇ ਕਹਿੰਦੇ ਲਿਬੜੇ ਚਰਨਾਂ ਤੇ ਮੱਥਾ ਟੇਕਿਆ, ਆਖੋ ਸਤਨਾਮ। ਤੇ ਜਿਉਣਾ ਕਹਿੰਦੇ ਸਤਿਗੁਰਾਂ ਦੇ ਚਰਨਾਂ ਦੇ ਸੀਸ ਰੱਖ ਕੇ ਜਦੋਂ ਮੱਥਾ ਟੇਕਿਆ, ਸਤਿਗੁਰਾਂ ਦੇ ਚਰਨ ਸਾਫ ਕੀਤੇ, ਜਿਹੜੇ ਆਉਂਦਿਆਂ ਦੇ ਕੰਡੇ ਵੱਜੇ ਸੀ ਕੰਡੇ ਕੰਡੇ। ਤੇ ਜਿਉਣਾ ਕਹਿੰਦੇ ਬਰਾਗ ਦਾ ਜਲ ਆ ਗਿਆ ਅੱਖਾਂ ਚ ਵੀ ਸਤਿਗੁਰੂ ਜੀ ਆਪ ਜੀ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ। ਤੇ ਸਤਿਗੁਰੂ ਜੀ ਕਹਿੰਦੇ ਜਿਉਣੇ ਆ ਤੂੰ ਮੈਨੂੰ ਪੂਰਨ ਦੇ ਨਾਲ ਮਿਲਾ ਕੇ ਰੱਖ। ਤੇ ਜਿਉਣਾ ਕਹਿੰਦੇ ਸਤਿਗੁਰਾਂ ਕੋਲ ਧੂਣੀ ਪਾ ਕੇ ਆਪ ਆ ਗਿਆ ਪੂਰਨ ਮਸੰਦ ਨੂੰ ਬੁਲਾਉਣ, ਛੇਤੀ ਛੇਤੀ ਭੱਜਿਆ ਹੀ ਗਿਆ। ਤੇ ਜਦੋਂ ਕਹਿੰਦੇ ਪੂਰਨ ਦੇ ਦਰਵਾਜ਼ੇ ਦਾ ਜਦੋਂ ਗੇਟ ਖੜਕਾਇਆ ਨਾ, ਬਾਰ ਖੜਕਾਇਆ, ਤੇ ਜਿਉਣਾ ਆਂਦਾ ਜੀ ਛੇਤੀ ਆਓ। ਤੇ ਪੂਰਨ ਕਹਿੰਦਾ ਉਹ ਜਿਉਣਿਆ ਕੀ ਹੋਇਆ, ਕਿਉਂ ਰੌਲਾ ਪਾਇਆ। ਤੇ ਜਿਉਣਾ ਆਂਦਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਘਰ ਆਏ ਨੇ, ਤੁਸੀਂ ਛੇਤੀ ਚੱਲੋ, ਚਰਨਾਂ ਵਿੱਚੋਂ ਲਹੂ ਸਿਮਦਾ, ਪਾਟੇ ਕੱਪੜੇ ਨੇ ਕੱਲੀ ਨੇ, ਸਾਦੀ ਜੀ ਦਸਤਾਰ ਬੰਨੀ ਆ, ਹੱਥ ਵਿੱਚ ਸ੍ਰੀ ਸਾਹਿਬ ਫੜੀ ਹੈ, ਆਪ ਜੀ ਛੇਤੀ ਆਓ, ਸਤਿਗੁਰੂ ਜੀ ਤੁਹਾਨੂੰ ਉਡੀਕਦੇ ਨੇ। ਪੂਰਨ ਕਹਿੰਦਾ ਤੂੰ ਦੱਸਦਾ ਵੀ ਮੈਂ ਘਰੀ ਹੈ। ਜਿਉਣਾ ਕਹਿੰਦਾ ਹਾਂਜੀ ਮੈਂ ਕਿਹਾ ਵੀ ਤਾਹਾਂ ਚਵਾਰੇ 'ਚ ਆਰਾਮ ਕਰਦੇ ਨੇ, ਮੈਂ ਬੁਲਾ ਕੇ ਲਿਆਉਣਾ। ਤੇ ਪੂਰਨ ਮਸੰਦ ਆਖਣ ਲੱਗਾ ਉਹ ਜਿਉਣਿਆ ਉਹ ਕਮਲਿਆ ਤੂੰ ਕਹਿ ਦਿੰਦਾ ਵੀ ਮੈਂ ਘਰੀ ਨਹੀਂ, ਤੂੰ ਬਾਹਰ ਕੇ ਮੋੜ ਦਿੰਦਾ। ਤੇ ਭਾਈ ਜਿਉਣਾ ਕਹਿੰਦੇ ਉੱਥੇ ਸੁੰਨ ਹੋ ਗਿਆ, ਉਹ ਕਹਿੰਦਾ ਲੋਕਾਂ ਦੇ ਸਾਹਮਣੇ ਬੜਾ ਸੇਵਾਦਾਰ ਹੈ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਦਾ ਮਸੰਦ ਹੈ, ਉਹ ਮੈਂ ਆਹ ਕੀ ਸੁਣ ਰਿਹਾ, ਮੈਂ ਆਹ ਕੀ ਸੁਣ ਰਿਹਾ।
ਤੇ ਪੂਰਨ ਮਸੰਦ ਕਹਿੰਦਾ ਉਹ ਜਿਉਣਿਆ ਤੂੰ ਏਦਾਂ ਕਰ। ਗੁਰੂ ਜੀ ਨੂੰ ਕਹਿੰਦੇ ਵੀ ਅਸੀਂ ਨੀ ਤੁਹਾਡੇ ਦਰਸ਼ਨ ਕਰਨੇ, ਵੀ ਜਿੱਥੇ ਸਾਨੂੰ ਦਰਸ਼ਨਾਂ ਦੀ ਲੋੜ ਹੋਈ ਅਸੀਂ ਤੁਹਾਡੇ ਦਰਸ਼ਨ ਆਨੰਦਪੁਰ ਸਾਹਿਬ ਜਾ ਕੇ ਕਰ ਲਾਂਗੇ, ਸਾਨੂੰ ਦਰਸ਼ਨਾਂ ਦੀ ਲੋੜ ਨਹੀਂ, ਤੁਹਾਡੇ ਮਗਰ ਫੌਜਾਂ ਲੱਗੀਆਂ ਨੇ, ਸਾਨੂੰ ਡਰ ਹੈ। ਭਾਈ ਜੋਣੀ ਨੂੰ ਪੂਰਨ ਮਸੰਦ ਕਹਿੰਦਾ ਜਾ ਗੁਰੂ ਜੀ ਨੂੰ ਜਾ ਕੇ ਕਹਿ ਦਿਓ ਵੀ ਅਸੀਂ ਨੀ ਤੁਹਾਡੇ ਦਰਸ਼ਨ ਕਰਨੇ, ਸਾਡੇ ਘਰੋਂ ਬਾਹਰ ਹੋ ਜਾਓ, ਆਖੋ ਸਤਨਾਮ ਵਾਹਿਗੁਰੂ। ਉਹ ਕਹਿੰਦੇ ਸਾਡੇ ਘਰੋਂ ਬਾਹਰ ਹੋ ਜਾਓ। ਤੇ ਭਾਈ ਜਿਉਣਾ ਕਹਿੰਦੇ ਜਦੋਂ ਮੁੜ ਲੱਗਿਆ ਗੁਰੂ ਜੀ ਨੇ ਬੋਲ ਮਾਰ ਲਿਆ, ਕਹਿੰਦੇ ਜਿਉਣਿਆ ਉਹ ਜਿਉਣਿਆ ਆ ਜਾ ਭਾਈ, ਮੈਂ ਸਭ ਕੁਛ ਸੁਣ ਲਿਆ, ਮੈਂ ਸਭ ਕੁਛ ਸੁਣ ਲਿਆ। ਤੇ ਭਾਈ ਜਿਉਣਾ ਕਹਿੰਦੇ ਰੋਂਦਾ ਰੋਂਦਾ ਧਾਹਾਂ ਮਾਰਦਾ ਗੁਰੂ ਜੀ ਦੇ ਕੋਲ ਆਇਆ। ਜਦੋਂ ਗੁਰੂ ਜੀ ਦੇ ਕੋਲ ਆਇਆ ਆਖਣ ਲੱਗਾ ਗੁਰੂ ਜੀ, ਮਨ ਵਿੱਚ ਹੀ ਸੋਚਦਾ ਵੀ ਮੈਂ ਕਿਵੇਂ ਕਹੂੰ ਗੁਰੂ ਜੀ ਨੂੰ ਵੀ ਸਤਿਗੁਰੂ ਜੀ ਸਾਡੇ ਘਰੋਂ ਚਲੇ ਜਾਓ, ਮੈਂ ਕਿਵੇਂ ਕਹੂੰ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ ਜਿਉਣਿਆ ਆ ਜਾ, ਮੈਂ ਸਭ ਕੁਛ ਸੁਣ ਲਿਆ, ਲੈ ਭਾਈ ਅਸੀਂ ਚੱਲੇ ਹਾਂ। ਦੇਖੋ ਗੁਰੂ ਜੀ ਨੇ ਆਹ ਸਮਾਂ ਵੀ ਵੇਖਿਆ, ਆਹ ਦੁੱਖ ਵੀ ਝੱਲੇ ਹੈ। ਜਿਹੜੇ ਵੱਡੇ ਵੱਡੇ ਸੇਵਾਦਾਰ ਕਹਾਉਂਦੇ ਸੀ ਨਾ ਵੀ ਅਸੀਂ ਗੁਰੂ ਜੀ ਤੇਰੇ ਹੈ, ਤੇ ਬਿਪਤਾ ਪਈ ਤੇ ਕਹਿੰਦੇ ਉਹ ਵੀ ਸਾਥ ਛੱਡ ਗਏ ਸੀ ਗੁਰੂ ਜੀ ਦਾ। ਉਹਨਾਂ ਨੇ ਵੀ ਕਹਿਤਾ ਸੀ ਵੀ ਸਾਡੇ ਘਰੇ ਵੀ ਸਾਡੇ ਘਰੋਂ ਚਲੇ ਜਾਓ। ਤੇ ਭਾਈ ਜਿਉਣੇ ਨੂੰ ਸਤਿਗੁਰੂ ਆਖਣ ਲੱਗੇ ਕਹਿੰਦੇ ਲੈ ਭਾਈ ਅਸੀਂ ਚੱਲੇ ਹੈ। ਤੇ ਜਿਉਣਾ ਕਹਿੰਦੇ ਧਾਹਾਂ ਮਾਰ ਮਾਰ ਰੋਂਦਾ ਕਹਿੰਦਾ ਗੁਰੂ ਜੀ ਮੈਂ ਪ੍ਰਮਾਤਮਾ ਨੂੰ ਰੱਬ ਨੂੰ ਅੱਜ ਤੱਕ ਦੋਸ਼ ਨਹੀਂ ਦਿੱਤਾ ਵੀ ਮੈਨੂੰ ਤੂੰ ਕੁਛ ਨਹੀਂ ਦਿੱਤਾ, ਪਰ ਮੈਂ ਅੱਜ ਦੋਸ਼ ਦਿੰਦਾ ਵਾ ਵੀ ਜੇ ਮੇਰੇ ਕੋਲ ਛੱਪਰੀ ਜਿੰਨੀ ਵੀ ਜਗ੍ਹਾ ਹੁੰਦੀ ਮੈਂ ਗੁਰੂ ਜੀ ਤੁਹਾਨੂੰ ਜਾਣ ਨਹੀਂ ਸੀ ਦੇਣਾ। ਆਖੋ ਸਤਨਾਮ ਵਾਹਿਗੁਰੂ। ਮੈਂ ਤੁਹਾਨੂੰ ਜਾਣ ਨਹੀਂ ਸੀ ਦੇਣਾ। ਤੇ ਸਤਿਗੁਰੂ ਜੀ ਉੱਥੋਂ ਚੱਲੇ ਨੇ, ਕਹਿੰਦੇ ਭਾਈ ਜਿਉਣੇ ਨੇ ਪੂਰਨ ਮਸੰਦ ਨੇ ਕਹਿੰਦੇ ਖੂਹ ਲਵਾਉਣੇ ਸੀ, ਖੂਹ ਦੀਆਂ ਟਿੰਡਾਂ ਰੱਖੀਆਂ ਸੀ। ਤੇ ਭਾਈ ਜਿਉਣੇ ਨੇ ਕਹਿੰਦੇ ਪਾ ਕੇ ਨਾ ਮੁੰਜ ਦੀ ਰੱਸੀ ਟਿੰਡ ਦੇ ਵਿੱਚ ਕੋਲੇ ਪਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੂੰ ਫੜਾਤੀ। ਕਹਿੰਦਾ ਸਤਿਗੁਰੂ ਜੀ ਮੈਂ ਗਰੀਬ ਆ, ਮੈਂ ਹੋਰ ਤਾਂ ਕੁਛ ਦੇ ਨਹੀਂ ਸਕਦਾ, ਸਤਿਗੁਰੂ ਜੀ ਮੇਰੀ ਸੇਵਾ ਪ੍ਰਵਾਨ ਕਰਿਓ, ਜਿੱਥੋਂ ਤੱਕ ਇਹ ਅੱਗ ਤੁਹਾਡੇ ਨਾਲ ਸੇਕ ਦੇਵੇਗੀ, ਸਤਿਗੁਰੂ ਜੀ ਠੰਡ ਬੜੀ ਹੈ, ਉੱਥੋਂ ਤੱਕ ਆਪ ਜੀ ਲੈ ਜਾਓ। ਸਤਿਗੁਰੂ ਜੀ ਨੇ ਉਹ ਜਿਹੜੀ ਟਿੰਡ ਸੀ ਉਸੇ ਟਿੰਡ ਦਾ ਸਤਿਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਸਰਾਣਾ ਲਾਇਆ ਸੀ। ਸੋ ਭਾਈ ਸਮਾਂ ਆਪਣਾ ਸਮਾਪਤ ਹੈ, ਜਿਹੜੀ ਮੈਂ ਗੱਲ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਾਡੇ ਵਾਸਤੇ ਬਹੁਤ ਕਸ਼ਟ ਸਹੇ ਨੇ, ਬੜੇ ਦੁੱਖ ਸਹੇ ਨੇ, ਸਤਿਗੁਰਾਂ ਜੀ ਦਾ ਆਪਾਂ ਧੰਨਵਾਦ ਕਰੀਏ, ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲੀਏ, ਜਿਵੇਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਉਦਾਂ ਜ਼ਿੰਦਗੀ ਬਤੀਤ ਕਰੀਏ, ਚੰਗੇ ਕੰਮ ਕਰੀਏ, ਇਸੇ ਵਿੱਚ ਹੀ ਸਾਡਾ ਭਲਾ ਹੈ। ਸੋ ਭੁੱਲ ਚੁੱਕ ਦੀ ਮਾਫ਼ੀ ਬਖਸ਼ਿਓ ਜੀ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਤਿਕਾਰਯੋਗ ਬਾਬਾ ਸਰਬਜੀਤ ਸਿੰਘ ਜੀ ਗਊਆਂ ਵਾਲੇ, ਜੋ ਕਿ ਆਪਣੇ ਇਲਾਕੇ ਦੇ ਵਿੱਚ ਗਊਆਂ ਦੀ ਸੇਵਾ ਸੰਭਾਲ ਕਰਦੇ ਹਨ। ਭਾਈ ਕਿਤੇ 12 ਪਸ਼ੂ ਹੁੰਦੇ ਹੈ ਜਾਂ ਕਿਸੇ ਦੇ ਕੋਈ ਸੱਠ ਫੇਟ ਵੱਡੀ ਹੁੰਦੀ ਹੈ, ਵੱਡਾ ਪਰ ਉਪਕਾਰ ਹੈ। ਸੋ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸੰਗਤਾਂ ਦੇ ਨਾਲ ਗੁਰੂ ਇਤਿਹਾਸ ਦੀ ਸਾਂਝ ਪਾਈ ਹੈ। ਸੋ ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਬਾਬਾ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਅੱਧੇ ਘੰਟੇ ਵਾਸਤੇ ਸੰਗਤਾਂ ਦੀ ਸੇਵਾ ਕਰਨਗੇ ਕੀਰਤਨ ਰਾਹੀਂ। ਸੋ ਸੰਗਤਾਂ ਨੂੰ ਬੇਨਤੀ ਹੈ ਭਾਈ ਦੁਬਾਰਾ ਫਿਰ ਕਿ ਸੇਵਾਦਾਰਾਂ ਨੂੰ ਛੱਡ ਕੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛੱਕ ਕੇ ਭਾਈ ਆ ਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ, ਕਿਉਂਕਿ ਇਹ ਸਮਾਂ ਵਾਰ ਵਾਰ ਨਹੀਂ ਮਿਲਦਾ। ਬੇਨਤੀ ਹੈ ਸੰਗਤਾਂ ਨੂੰ ਵੀ ਸੇਵਾਦਾਰਾਂ ਨੂੰ ਛੱਡ ਕੇ ਬਾਕੀ ਸੰਗਤ ਜਿਹੜੀ ਇੱਧਰ ਉੱਧਰ ਫਿਰਦੀ ਹੈ, ਭਾਈ ਆ ਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੇਰੀ ਵਡਿਆਈ, ਕੋਈ ਨਾ ਨਾ ਜਾਣੇ ਮੇਰਾ ਕੋਈ ਨਾਮ ਨਾ ਜਾਣਦਾ ਮੇਰਾ ਸਭੇ ਵਡਿਆਈਆਂ ਤੇ ਕੋਈ ਨਾਮ ਨਾ ਜਾਣਦਾ।
ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਸਤਿਸੰਗ ਜੀ ਆਓ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਾਊਂਡ ਵਾਲੇ ਵੀਰ ਨੂੰ ਕਿ ਬੇਸ ਘਟਾ ਦਿਓ, ਬਹੁਤ ਜ਼ਿਆਦਾ ਆ, ਥੋੜ੍ਹੀ ਜਿਹੀ ਸੈਟਿੰਗ ਕਰੋ। ਅਤੇ ਬੇਨਤੀ ਹੈ ਕਿ ਰਿਪੀਟ ਥੋੜ੍ਹਾ ਜਿਹਾ ਕਰ ਦਿਓ, ਬੇਸ ਘਟਾ ਦਿਓ, ਧਿਆਨ ਨਾਲ ਸੁਣਿਓ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਆਪਾਂ ਸਾਰੇ ਰਲ ਮਿਲ ਕਰਕੇ ਸਾਹਿਬੇ ਕਮਾਲ ਜਿਨ੍ਹਾਂ ਦਾ ਨਾਮ ਲਿਆ ਅਤੇ ਅੰਦਰ ਨੂੰ ਠੰਡ ਪੈਂਦੀ ਏ, ਸਾਡੇ ਧਰਮ ਦੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਕਿ ਅਵਤਾਰ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੇ ਹਾਂ। ਲਿਖਣ ਵਾਲੇ ਨੇ ਲਿਖਿਆ ਹੈ, ਕਹਿੰਦੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ ਸਭ ਕੀ। ਸੱਚੀ ਗੱਲ ਹੈ ਪਿਆਰਿਓ, ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਜਿਹੜੇ ਸਟੇਟ ਵਿੱਚ ਮਰਜ਼ੀ ਜਾ ਕੇ ਵੇਖ ਲਵੋ, ਦੁਨੀਆਂ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਵੇਖ ਲਵੋ, ਜਿਹੜੀ ਸ਼ਾਂਤੀ ਪੰਜਾਬ ਅੰਦਰ ਹੈ ਉਹ ਹੋਰ ਕਿਤੇ ਨਹੀਂ।
ਪੰਜਾਬ ਦੀ ਧਰਤੀ ਨੂੰ ਸਾਡੇ ਸਤਿਗੁਰਾਂ ਨੇ ਸਾਜਿਆ ਹੈ ਔਰ ਨਵਾਜਿਆ ਹੈ। ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਰਹੇ ਨੇ, ਜਿੱਥੇ ਕਲਗੀਧਰ ਜੀ ਨੇ ਬੜੇ ਕੌਤਕ ਰਚਾਏ ਨੇ। ਸੰਗਤਾਂ ਨੂੰ ਬੇਨਤੀ ਹੈ ਕਿ ਪਿੱਛੋਂ ਰੌਲੇ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ, ਬੇਨਤੀ ਹੈ ਕਿ ਸੇਵਾ ਇਸ਼ਾਰੇ ਨਾਲ ਕਰੋ। ਤੁਹਾਡੇ ਬੋਲਣ ਕਰਕੇ ਇੱਧਰ ਡਿਸਟਰਬੈਂਸ ਹੁੰਦੀ ਹੈ, ਸੋ ਬੇਨਤੀ ਹੈ ਕਿਸੇ ਪਾਸਿਓਂ ਕੋਈ ਰੌਲੇ ਦੀ ਆਵਾਜ਼ ਨਾ ਆਵੇ। ਤੁਸੀਂ ਬੜੇ ਪਿਆਰ ਦੇ ਨਾਲ ਗੁਰਮੁਖਾਂ ਪਾਸੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ। ਸਾਡੇ ਜਾਣਿਓ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਾਡੇ ਇੱਕ ਸਿੱਖ ਵਿਦਵਾਨ ਨੇ ਇਹ ਗੱਲ ਲਿਖੀ ਸੀ ਕਿ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਦੇ ਬਲੀਦਾਨ ਦਾ ਜ਼ਿਕਰ ਨਹੀਂ ਕਰੋਗੇ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਨਾ ਕਰੋਗੇ, ਉਹਨਾਂ ਚਿਰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਕਦੇ ਪੂਰੀ ਨਹੀਂ ਹੋ ਸਕਦੀ। ਇਹ ਸੱਚੀ ਬਾਤ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਦਾ ਨਾਮ ਆਏਗਾ ਉਸੇ ਵੇਲੇ ਯਾਦ ਆ ਜਾਏਗਾ ਕਿ ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਦਿੱਲੀ ਵੱਲ ਤੋਰਿਆ ਸੀ ਤੇ ਕਿਹਾ ਸੀ ਕਿ ਕਿਸੇ ਦੀ ਮਾਂ ਵਿਧਵਾ ਨਾ ਹੋਵੇ, ਹੋਵੇ ਨਾ ਅਨਾਥ ਜਗਦੀ। 9 ਸਾਲ ਦੀ ਉਮਰ ਗੋਬਿੰਦ ਰਾਏ ਜੀ ਦੀ ਤੇ ਉਸ ਵੇਲੇ ਆਪਣੇ ਪਿਤਾ ਨੂੰ ਦਿੱਲੀ ਵੱਲ ਤੋਰਦੇ ਨੇ ਕਿ ਜਾਓ ਇਹਨਾਂ ਦੇ ਜਨੇਊ ਦੀ ਰੱਖਿਆ ਕਰੋ। ਰੌਲਾ ਧਰਮਾਂ ਦਾ ਨਹੀਂ ਸੀ, ਰੌਲਾ ਧੱਕੇ ਦਾ ਸੀ। ਇਹ ਹਮੇਸ਼ਾ ਗੱਲ ਯਾਦ ਰੱਖਿਓ, ਰੌਲਾ ਧਰਮਾਂ ਦਾ ਕਦੇ ਨਹੀਂ ਹੁੰਦਾ, ਰੌਲਾ ਧੱਕੇ ਦਾ ਹੁੰਦਾ। ਗੁਰੂ ਨਾਨਕ ਸਾਹਿਬ ਨੂੰ ਧੱਕੇ ਦੇ ਨਾਲ ਜਨੇਊ ਪਵਾਇਆ ਜਾ ਰਿਹਾ ਸੀ, ਕਹਿੰਦੇ ਪਾਓ ਜਨੇਊ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਸੁਣੋ ਪੰਡਿਤ ਜੀ, ਜਿਹੜਾ ਜਨੇਊ ਮੇਰੀ ਮਾਂ ਨਹੀਂ ਪਾ ਸਕਦੀ, ਮੇਰੀ ਭੈਣ ਨਹੀਂ ਪਾ ਸਕਦੀ, ਲੈ ਜਾਓ, ਉਹ ਜਨੇਊ ਮੈਂ ਵੀ ਨਹੀਂ ਪਾ ਸਕਦਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਉਹ ਜਨੇਊ ਦੇ ਜਿਹੜਾ ਕਦੇ ਮੈਲਾ ਨਾ ਹੋਵੇ, ਕਦੇ ਟੁੱਟੇ ਨਾ, ਕਦੇ ਚੋਰੀ ਨਾ ਹੋਵੇ, ਉਹ ਜਨੇਊ ਪਵਾ। ਧੱਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਇਆ ਜਾ ਰਿਹਾ ਸੀ ਤੇ ਉਹਨਾਂ ਨੇ ਪਵਾਇਆ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਵੇਲੇ ਧੱਕੇ ਦੇ ਨਾਲ ਜਨੇਊ ਲਾਇਆ ਜਾ ਰਿਹਾ ਸੀ ਤੇ ਸਾਡੇ ਸੱਚੇ ਪਾਤਸ਼ਾਹ ਨੇ ਜਨੇਊ ਲੈਣ ਵੀ ਨਹੀਂ ਦਿੱਤਾ, ਲੈਣ ਵੀ ਨਹੀਂ ਦਿੱਤਾ ਤੇ ਪਵਾਇਆ ਵੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਉਸ ਵੇਲੇ ਗੱਲ ਆਖੀ ਸੀ, ਅੱਜ ਤੇ ਡੈਮੋਕਰੇਸੀ ਵਾਲੀ ਤੇ ਸਾਡਾ ਸੰਵਿਧਾਨ ਕਹਿੰਦਾ ਕਿ ਹਰ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਤੁਸੀਂ ਜਿੱਥੇ ਮਰਜ਼ੀ ਜਿਹੜੇ ਤਰੀਕੇ ਨਾਲ ਪ੍ਰਧਾਨ ਮੰਤਰੀ ਨੂੰ ਵੀ ਬੋਲ ਸਕਦੇ ਹੋ ਭਾਈ, ਜੋ ਗਲਤ ਹੈ ਗਲਤ ਕਹਿ ਸਕਦੇ ਹੋ, ਜੋ ਸਹੀ ਹੈ ਸਹੀ ਕਹਿ ਸਕਦੇ ਹੋ, ਲੋਕਤੰਤਰ ਡੈਮੋਕਰੇਸੀ ਹੈ। ਪਰ ਉਸ ਵੇਲੇ ਡਿਕਟੇਟਰਸ਼ਿਪ ਸੀ, ਇੱਕ ਬੰਦੇ ਦਾ ਰਾਜ ਸੀ, ਕੋਈ ਬੋਲਣ ਵੀ ਨਹੀਂ ਸੀ ਦਿੰਦਾ। ਤੇ ਉਸ ਵੇਲੇ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਗੱਲ ਕਹਿ ਦੇਣੀ ਕਿ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਹਿੰਦੂ ਹੈ ਉਹ ਹਿੰਦੂ ਧਰਮ ਮੁਬਾਰਕ, ਮੁਸਲਮਾਨ ਹੈ ਉਹ ਆਪਣੀ ਸੁਨਤ ਕਰਾਵੇ, 5 ਨਮਾਜ਼ੀ ਹੋਵੇ। ਤੁਸੀਂ ਧੱਕੇ ਨਾਲ ਜਨੇਊ ਪਾ ਵੀ ਨਹੀਂ ਸਕਦੇ ਤੇ ਤੁਸੀਂ ਧੱਕੇ ਨਾਲ ਜਨੇਊ ਲਾ ਵੀ ਨਹੀਂ ਸਕਦੇ। ਇੱਥੇ ਬੰਦਾ ਸਪੀਚ ਉਹਦੀ ਜਿਹੜੀ ਹੈ, ਬੰਦੇ ਦੇ ਆਪਣੇ ਵਿਚਾਰ ਨੇ, ਉਹ ਉਹਨਾਂ ਵਿਚਾਰਾਂ ਪ੍ਰਤੀ ਸੁਤੰਤਰ ਹੈ, ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਇਹ ਗੱਲ
ਉਸ ਵੇਲੇ ਗੋਬਿੰਦ ਰਾਏ ਜੀ 9 ਸਾਲ ਦੀ ਉਮਰ ਦਿੱਲੀ ਵੱਲ ਪਿਤਾ ਤੋਰਦੇ ਨੇ ਤੇ ਮੈਂ ਬੇਨਤੀ ਕਰਨਾ ਜਦੋਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਆਏਗਾ ਉਦੋਂ ਫਿਰ ਖੰਡੇ ਬਾਟੇ ਦੀ ਪਹੁਲ ਵੀ ਅੱਖਾਂ ਸਾਹਮਣੇ ਆ ਜਾਏਗੀ। ਲੋਕੀ ਵੰਡੇ ਹੋਏ ਸੀ, ਖੱਤਰੀ ਬ੍ਰਾਹਮਣ ਸੂਦ ਵੈਸ ਲੋਕੀ ਭਿੱਟੇ ਮੰਨਦੇ ਸੀ, ਸਰਦਾਰੀਆਂ ਨੇੜੇ ਤੇੜੇ ਵੀ ਨਹੀਂ ਸੀ ਹੁੰਦੀਆਂ, ਪਰ ਗੁਰੂ ਗੋਬਿੰਦ ਸਿੰਘ ਨੇ ਉਸ ਵੇਲੇ ਕਿਹਾ ਸੀ ਕਹਿੰਦੇ ਇਨ ਗਰੀਬ ਸਿੱਖਣ ਕੋ ਮੈਂ ਦਿਉਂ ਬਾਤ। ਕਹਿਣ ਲੱਗੇ ਜੀ ਤੁਸੀਂ ਮਹਾਰਾਜੇ ਹੋ, ਤੁਸੀਂ ਆਪਣੇ ਆਪ ਨੂੰ ਵੱਡਾ ਕਰਕੇ ਜਾਣਦੇ ਹੋ ਵੀ ਤੁਸੀਂ ਇਹਨਾਂ ਨੂੰ